ਸੰਗਤ ਜੀ ਸਭ ਤੋਂ ਪਹਿਲਾਂ ਗੱਜ ਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਇਸ ਘਟਨਾ ਬਾਰੇ ਤੁਸੀਂ ਵੀਡੀਓ ਦੇ ਆਖਿਰ ਤੱਕ ਬਣੇ ਰਹੋ ਅਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਓ ਜੀ ਅੱਜ ਦੀ ਇਹ ਘਟਨਾ ਈਰਾਨ ਦੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਦਰਜ ਹੈ ਅਤੇ ਇਹ ਗੱਲ ਸੁਣ ਕੇ ਹਰ ਇੱਕ ਸਿੱਖ ਦਾ سینਾ ਚੋੜਾ ਹੋ ਜਾਵੇਗਾ ਅੱਜ ਹਰ ਮੈਦਾਨ ਦੇ ਵਿੱਚ ਖਾਲਸੇ ਨੇ ਆਪਣੇ ਝੰਡੇ ਗੱਡੇ ਹੋਏ ਹਨ ਖਾਲਸਾ ਐਡ ਵਰਗੀਆਂ ਵੱਡੀਆਂ ਸਿੱਖ ਸੰਸਥਾਵਾਂ ਨੇ ਇੱਕ ਵੱਖਰੀ ਹੀ ਪਹਿਚਾਣ ਆਪਣੀ ਸੇਵਾ ਭਾਵਨਾ ਤੇ ਗੁਰੂ ਦੀ ਸਿੱਖਿਆ ਤੇ ਚੱਲਦੇ ਕਾਇਮ ਕੀਤੀ ਹੈ ਇਸੇ ਤਰ੍ਹਾਂ ਦੀ ਇੱਕ ਹੋਰ ਉਦਾਹਰਣ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਜਿਸ ਦੇ ਵਿੱਚ ਸਿੱਖਾਂ ਦੀ ਸੇਵਾ ਭਾਵਨਾ ਨੂੰ ਦੇਖ ਕੇ ਇੱਕ ਮੁਸਲਮਾਨ ਬਾਦਸ਼ਾਹ ਨੇ ਪੂਰਾ ਸ਼ਹਿਰ ਹੀ ਸਿੱਖਾਂ ਦੇ ਨਾਮ ਕਰ ਦਿੱਤਾ ਅਤੇ ਉਹਨਾਂ ਦੀ ਸੇਵਾ ਦੇ ਨਾਮ ਕਰ ਦਿੱਤਾ ਜੇਕਰ ਸਾਡੀਆਂ ਸੰਸਥਾਵਾਂ ਸਾਡੇ ਪ੍ਰਚਾਰਕ ਚੌਂਕਾਂ ਸਿੱਖੀ ਦੀ ਪਛਾਣ ਸਾਰੇ ਜਗਤ ਨੂੰ ਦੱਸੀ ਜਾ ਸਕਦੀ ਹੈ ਪਰ ਕਿਤੇ ਨਾ ਕਿਤੇ ਸਾਡੇ ਵਿੱਚ ਹੀ ਕਮੀ ਹੈ ਇਹ ਗੱਲ ਅੱਜ ਤੋਂ 80 ਸਾਲ ਪਹਿਲਾਂ ਦੀ ਹੈ ਜਦੋਂ 8 ਨੌ ਖਾਲਸੇ ਜੇਲਾ ਮਰਾਬਲ ਪਿੰਡੀ ਤੋਂ ਉੱਠ ਕੇ ਪਾਕਿਸਤਾਨ ਈਰਾਨ ਬਾਰਡਰ ਤੇ ਪੈਂਦੇ ਇੱਕ ਕਸਬੇ ਦੁਸਤੇਵਾਦ ਵਿੱਚ ਪਹੁੰਚੇ ਪਹਾੜੀਆਂ ਦੇ ਨਾਲ ਘਿਰਿਆ ਹੋਇਆ ਇਹ ਚੰਗਾ ਕਸਬਾ ਸੀ ਇੱਥੇ ਇੱਕ ਝਰਨਾ ਵੀ ਵਗਦਾ ਸੀ ਜਿਸ ਦੇ ਨਾਮ ਤੇ ਹੀ ਇਸ ਕਸਬੇ ਦਾ ਨਾਮ ਦੁਸਤੇ ਆਪ ਪਿਆਸੀ ਦੁਸਤੇ ਆਪ ਦਾ ਆਖਰੀ ਮਤਲਬ ਚੋਰਾ ਦਾ ਪਾਣੀ ਹੈ ਕਿਹਾ ਜਾਂਦਾ ਹੈ ਕਿ ਉਹ 89 ਖਾਲਸੇ ਪਰਿਵਾਰ ਵਪਾਰ ਕਰਨ ਦੇ ਮਕਸਦ ਨਾਲ ਦੁਸਤੇ ਆ ਪਹੁੰਚੇ ਅਸਲ ਗਾਲਤਾਂ ਇਹ ਸੀ ਕਿ ਉਹ ਸ਼ਾਰਾ ਸੀ ਹਜ ਕਰਨ ਜਾਣ ਵਾਲਿਆਂ ਦੇ ਲੰਗਣ ਦਾ ਰਾਹ ਸੀ ਖਾਲਸੇ ਨੇ ਸੋਚਿਆ ਕਿ ਇੱਥੇ ਕੋਈ ਵਪਾਰ ਕੀਤਾ ਜਾ ਸਕਦਾ ਹੈ ਕਿਉਂਕਿ ਇੱਕ ਤਾਂ ਇਹ ਸ਼ਾਰਾ ਹੈ ਅਤੇ ਆਵਾਜਾਈ ਵੀ ਜਲਦੀ ਰਹਿੰਦੀ ਹੈ ਤੇ ਵਪਾਰ ਵਧੀਆ ਚੱਲ ਸਕਦਾ ਹੈ ਉਸ ਸਮੇਂ ਅੱਜ ਤੋਂ 80 ਸਾਲ ਪਹਿਲਾਂ ਦੁਸਤ ਤੇ ਆਪਦੇ ਵਿੱਚ 100 ਤੋਂ 150 ਘਰ ਹੁੰਦੇ ਸੀ ਲਾਂਗਾ ਵਧੀਆ ਸੀ ਸੋ ਉਹਨਾਂ ਨੇ ਆਪਣਾ ਵਪਾਰ ਇੱਥੇ ਕਰਨਾ ਸ਼ੁਰੂ ਕਰ ਲਿਆ ਪਰਮਾਤਮਾ ਦੀ ਕਿਰਪਾ ਹੋਈ ਵਪਾਰ ਸੋਸ ਦੇ ਨਾਲੋਂ ਵੀ ਵੱਧ ਕੇ ਚੱਲਿਆ ਹੁਣ ਇਹ ਗੱਲ ਵੀ ਸਾਫ਼ ਹੈ ਕਿ ਖਾਲਸਾ ਆਪਣੇ ਘਰ ਬਣਾਉਣ ਤੋਂ ਪਹਿਲਾਂ ਗੁਰੂ ਘਰ ਜ਼ਰੂਰ ਬਣਾਉਂਦਾ ਹੈ ਸੋ ਉਹਨਾਂ ਅੱਠ-ਨੌ ਘਰਾਂ ਨੇ ਵੀ ਸੋਚਿਆ ਕਿ ਇੱਥੇ ਗੁਰੂ ਘਰ ਸਹਿਬ ਬਣਾਇਆ ਜਾਵੇ ਸੋ ਕੁਝ ਸਮੇਂ ਵਿੱਚ ਹੀ ਪੈਸੇ ਇਕੱਠੇ ਕਰ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਉਣਾ ਸ਼ੁਰੂ ਕਰ ਦਿੱਤਾ। ਕਾਰੋਬਾਰ ਵਧੀਆ ਸੀ ਤੇ ਉਹਨਾਂ ਨੇ ਪੈਸੇ ਵੀ ਚੰਗੇ ਲਗਾਏ। ਇੱਕ ਵਧੀਆ ਤੇ ਸੁੰਦਰ ਗੁਰਦੁਆਰੇ ਸਾਹਿਬ ਦੀ ਬਿਲਡਿੰਗ ਤਿਆਰ ਕਰ ਦਿੱਤੀ। ਨਾਲ ਹੀ 340 ਕਮਰਿਆਂ ਵਾਲਾ ਮੁਸਾਫਿਰਖਾਨਾ ਵੀ ਬਣਾ ਲਿਆ ਅਤੇ ਲੰਗਰ ਘਰ ਵੀ ਤਿਆਰ ਕਰ ਦਿੱਤਾ ਗਿਆ। ਹੱਜ ਨੂੰ ਜਾਣ ਵਾਲਿਆਂ ਦਾ ਲਾਂਗਾਸ ਸੀ ਜਿਸ ਦੇ ਵਿੱਚ 99% ਲੋਕ ਮੁਸਲਮਾਨ ਹੀ ਰਹਿੰਦੇ ਸਨ ਜੋ ਪਾਕਿਸਤਾਨ, ਗਜਨਿਕ, ਅੰਧਾਰ, ਭਾਰਤ ਆਦਿ ਤੋਂ ਆਉਂਦੇ ਸੀ। ਵਿਚੋਂ ਵਿੱਚ ਕਦੇ-ਕਦਾਏ ਹਿੰਦੂ ਵੀ ਆ ਜਾਂਦੇ ਸੀ ਜੋ ਵਪਾਰ ਦੇ ਸਿੰਸਲੇ ਦੇ ਵਿੱਚ ਈਰਾਨ ਦੇ ਵੱਲ ਲੰਗਿਆ ਕਰਦੇ ਸੀ ਤੇ ਮੁਸਾਫਿਰ ਘਰ ਦੇ ਵਿੱਚ ਆਰਾਮ ਕਰਕੇ ਤੇ ਲੰਗਰ ਛੱਕੇ ਜਾਂਦੇ ਸਨ ਲੋਕਾਂ ਨੇ ਇਸ ਸੇਵਾ ਦੀ ਕਾਫੀ ਸਹਿਾਰਨਾ ਕੀਤੀ ਸੋ ਪਹਿਲਾ ਲੰਗਰ ਚਲਾ ਦਿੱਤਾ ਗਿਆ ਤੇ ਫਿਰ ਬਾਅਦ ਦੇ ਵਿੱਚ ਗੁਰਦੁਆਰੇ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਵੀ ਕੀਤਾ ਗਿਆ ਜਿਸ ਦਿਨ ਉਦਘਾਟਨ ਸੀ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨਾ ਸੀ ਸੰਗਤਾਂ ਵੱਲੋਂ ਉਸ ਦਿਨ ਈਰਾਨ ਦੇ ਬਾਦਸ਼ਾਹ ਨੂੰ ਵੀ ਉੱਥੇ ਉਦਘਾਟਨ ਤੇ ਬੁਲਾਇਆ ਗਿਆ ਸਿੱਖ ਸੰਗਤਾਂ ਇਕੱਠੇ ਹੋ ਕੇ ਬਾਦਸ਼ਾਹ ਅੱਗੇ ਬੇਨਤੀ ਕੀਤੀ ਕਿ ਆਪਾਂ ਸਿੱਖ ਟੈਂਪਲ ਬਣਾਇਆ ਹੈ ਤੁਸੀਂ ਉਸ ਗੁਰਦੁਆਰੇ ਸਹਿਬ ਦਾ ਉਦਘਾਟਨ ਕਰਨਾ ਹੈ ਤੇ ਤੁਸੀਂ ਉਥੇ ਜ਼ਰੂਰ ਆਉਣਾ ਹੈ ਸੋ ਬਾਦਸ਼ਾ ਬਿਨੇ ਸਵਾਲ ਕੀਤਿਆਂ ਹੀ ਉਥੇ ਆਉਣ ਦੇ ਲਈ ਤਿਆਰ ਹੋ ਗਿਆ ਇਥੇ ਤੱਕ ਕਿ ਉਸ ਨੂੰ ਸਿੱਖ ਧਰਮ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਬਾਦਸ਼ਾ ਉਸ ਦਿਨ ਉਥੇ ਪਹੁੰਚਿਆ ਉਥੇ ਦਾ ਦ੍ਰਿਸ਼ ਦੇਖਿਆ ਉਸ ਦੇ ਮਨ ਦੇ ਅੰਦਰ ਇੱਕ ਛਾਪ ਛਪ ਗਈ ਪਹਿਲਾਂ ਤਾਂ ਬਾਦਸ਼ਾ ਨੂੰ ਮੁਸਾਫਿਰਖਾਨਾ ਦਿਖਾਇਆ ਗਿਆ ਅਤੇ ਉਸ ਦਿਨ ਉਥੇ ਕਾਫੀ ਮੁਸਾਫਿਰ ਰੁਕੇ ਹੋਏ ਸੀ ਬਾਦਸ਼ਾ ਨੇ ਸਹਿਜ ਦੇ ਨਾਲ ਪੁੱਛਿਆ ਕਿ ਇਸ ਦਾ ਕਿਰਾਇਆ ਕਿੰਨਾ ਹੈ ਤੁਸੀਂ ਕਿੰਨਾ ਕਿਰਾਇਆ ਲੈਂਦੇ ਹੋ ਜਾਂ ਉਸ ਨੂੰ ਦੱਸਿਆ ਗਿਆ ਕਿ ਕੋਈ ਵੀ ਕਿਰਾਇਆ ਨਹੀਂ ਲਿਆ ਜਾਂਦਾ ਤੇ ਬਿਲਕੁਲ ਫਰੀ ਹੈ ਇਹ ਕਿਹੜਾ ਸਾਡਾ ਵਪਾਰ ਜਾਂ ਘਰ ਹੈ ਇਹ ਤਾਂ ਗੁਰੂ ਨਾਨਕ ਦਾ ਘਰ ਹੈ ਇੱਥੇ ਆਇਆ ਹੋਇਆ ਹਰ ਮਨੁੱਖ ਗੁਰੂ ਨਾਨਕ ਸਾਹਿਬ ਦਾ ਮਹਿਮਾਨ ਹੈ ਉਸ ਦੇ ਕੋਲੋਂ ਕੀ ਕਰਾਇਆ ਲੈਣਾ ਇਹ ਸੁਣ ਕੇ ਬਾਦਸ਼ਾਹ ਹੈਰਾਨਤਾ ਹੋਇਆ ਪਰ ਕੁਝ ਬੋਲਿਆ ਨਹੀਂ ਫਿਰ ਲੰਗਰ ਹਾਲ ਦੇ ਵਿੱਚ ਲਿਜਾਇਆ ਗਿਆ ਲੰਗਰ ਚੱਲਦਾ ਦੇਖ ਬਾਦਸ਼ਾਹ ਪੁੱਛਣ ਲੱਗਿਆ ਕਿ ਤੁਸੀਂ ਇੱਥੇ ਇੱਕ ਬੰਦੇ ਤੋਂ ਕੀ ਚਾਰਜ ਕਰਦੇ ਹੋ ਤਾਂ ਜਵਾਬ ਆਇਆ ਕਿ ਇਹ ਗੁਰੂ ਦਾ ਲੰਗਰ ਹੈ ਇਹ ਬਿਲਕੁਲ ਫਰੀ ਹੈ ਜਿੰਨਾ ਮਰਜੀ ਛਕੋ ਕੋਈ ਚਾਰਜ ਨਹੀਂ ਕੀਤਾ ਜਾਂਦਾ ਫਿਰ ਗੁਰਦੁਆਰੇ ਸਾਹਿਬ ਦੇ ਅੰਦਰ ਬਾਦਸ਼ਾਹ ਦਾਖਲ ਹੋਇਆ ਤਾਂ ਉੱਥੇ ਉਸ ਸਮੇਂ ਭਾਈ ਹਰਭਜਨ ਸਿੰਘ ਜੀ ਕੀਰਤਨ ਕਰ ਰਹੇ ਸੀ ਜੋ ਫਾਰਸੀ ਦੇ ਕਾਫੀ ਵੱਡੇ ਵਿਦਵਾਨ ਸੀ ਅਤੇ ਉਹ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਫਾਰਸੀ ਦੇ ਵਿੱਚ ਉਚਾਰਨ ਕੀਤੀ ਹੋਈ ਬਾਣੀ ਦਾ ਸ਼ਬਦ ਪੜ੍ਹ ਰਹੇ ਸੀ ਜਿਸ ਨੂੰ ਸੁਣ ਕੇ ਬਾਦਸ਼ਾ ਅਸ਼ ਅਸ਼ਕਾਰ ਉੱਠਿਆ ਤੇ ਕਹਿਣ ਲੱਗਿਆ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਇਹ ਸਿੱਖ ਗੁਰਦੁਆਰੇ ਦੇ ਵੱਲੋਂ ਉਚਾਰਨ ਕੀਤਾ ਗਿਆ ਹੈ ਮੈਨੂੰ ਇਹ ਸੁਣ ਕੇ ਬਹੁਤ ਰਸ ਆਇਆ ਇਹ ਕਲਾਮ ਇਲਾਹੀ ਕਲਾਮ ਵਿਚ ਰੱਖਣ ਵਾਸਤੇ ਕਿਹਾ ਗਿਆ ਬਾਦਸ਼ਾ ਨੂੰ ਸਟੇਜ ਤੇ ਸੱਦਿਆ ਗਿਆ ਤੇ ਬਾਦਸ਼ਾ ਕਹਿਣ ਲੱਗਿਆ ਕਿ ਕਲਾਮ ਸੁਣ ਕੇ ਅਤੇ ਤੁਹਾਡੀ ਸੇਵਾ ਭਾਵਨਾ ਦੇਖ ਕੇ ਮੇਰੇ ਅੰਦਰ ਇੱਕ ਰਸ ਬਣਿਆ ਹੋਇਆ ਹੈ ਅਤੇ ਮੈਂ ਉਸ ਰਸ ਨੂੰ ਹੁਣ ਖਾਉਣਾ ਨਹੀਂ ਚਾਹੁੰਦਾ ਅਤੇ ਮੈਂ ਬੋਲਣਾ ਵੀ ਨਹੀਂ ਚਾਹੁੰਦਾ ਬਾਦਸ਼ਾ ਕਹਿਣ ਲੱਗਿਆ ਕਿ ਇਸ ਸ਼ਹਿਰ ਦਾ ਨਾਮ ਦੂਸਤੇ ਆਬ ਹੈ ਦੂਸਤੇ ਆਬ ਮਤਲਬ ਚੋਰਾਂ ਦਾ ਪਾਣੀ ਬਾਦਸ਼ਾਹ ਨੇ ਦੱਸਿਆ ਕਿ ਪਹਿਲਾਂ ਇੱਥੇ ਝਾਰਨੇ ਦੇ ਕੋਲ ਚੋਰਾ ਨੇ ਆਪਣਾ ਅੱਡਾ ਬਣਾਇਆ ਹੋਇਆ ਸੀ ਤੇ ਇੱਥੇ ਤੰਬੂ ਲਾ ਕੇ ਰਹਿੰਦੇ ਸੀ ਆਉਂਦੇ ਜਾਂਦੇ ਹਾਜਿਆਂ ਨੂੰ ਲੁੱਟਦੇ ਸੀ ਅਤੇ ਆਲੇ-ਦੁਆਲੇ ਵੀ ਡਾਕੇ ਮਾਰਦੇ ਸੀ ਅਤੇ ਇੱਥੇ ਝਰਨੇ ਤੇ ਆ ਕੇ ਆਪਣਾ ਤੰਬੂ ਲਗਾ ਕੇ ਰਹਿੰਦੇ ਸੀ ਜਿਸ ਦੇ ਕਾਰਨ ਇਸ ਝਰਨੇ ਦਾ ਨਾਮ ਦੁਸਤੇਆਬ ਕਿਹਾ ਜਾਣ ਲੱਗਿਆ ਅਤੇ ਇਸ ਤੋਂ ਇੱਕ ਕਸਬੇ ਦਾ ਨਾਮ ਦੁਸਤੇਆਬ ਪ੍ਰਸਿੱਧ ਹੋ ਗਿਆ ਤੁਹਾਡੇ ਵਰਗੇ ਇਵਾਦਤਮੰਦ ਲੋਕ ਸੇਵਾ ਭਾਵਨਾ ਵਾਲੇ ਲੋਕ ਤੁਹਾਡੇ ਵਰਗੇ ਜਾਹਿਦ ਲੋਕ ਰਹਿੰਦੇ ਹੋਣ ਤਾਂ ਇਸ ਜਗ੍ਹਾ ਦਾ ਨਾਮ ਦੁਸਤਿਆਬ ਚੋਰਾਂ ਦੇ ਨਾਮ ਤੇ ਚੰਗਾ ਨਹੀਂ ਲੱਗਦਾ ਸੋਬਾ ਨਹੀਂ ਦਿੰਦਾ ਸੋ ਬਾਦਸ਼ਾਹ ਨੇ ਕਿਹਾ ਕਿ ਸਿੱਖਾਂ ਦੀ ਸੇਵਾ ਭਾਵਨਾ ਦੇਖ ਕੇ ਮੈਂ ਇਸ ਸ਼ਹਿਰ ਦਾ ਨਾਮ ਅੱਜ ਤੋਂ ਬਦਲ ਕੇ ਜਾਹਿਦਾਨ ਰੱਖਦਾ ਹਾਂ ਜਿੱਥੇ ਤੁਹਾਡੇ ਵਰਗੇ ਤੁਹਾਡੇ ਜਿਹੇ ਲੋਕ ਪਵਿੱਤਰ ਲੋਕ ਰਹਿੰਦੇ ਹਨ ਇਸ ਤਰ੍ਹਾਂ ਸਿੱਖਾਂ ਦੀ ਭਾਵਨਾ ਦੇ ਕਾਰਨ ਉਹ ਪੂਰਾ ਇਲਾਕਾ ਅੱਜ ਦੀ ਦੁਨੀਆ ਦੇ ਨਕਸ਼ੇ ਦੇ ਜਹਦਾਨ ਕਰਕੇ ਜਾਣਿਆ ਜਾਂਦਾ ਹੈ ਤੇ ਅੱਜ ਉਹ ਕਸਬਾ ਸ਼ਹਿਰ ਦੇ ਵਿੱਚ ਤਬਦੀਲ ਹੋ ਚੁੱਕਿਆ ਹੈ ਜਿੱਥੇ ਅੱਜ 5 ਤੋਂ 6 ਲੱਖ ਦੀ ਆਬਾਦੀ ਵਾਲਾ ਸ਼ਹਿਰ ਬਣ ਚੁੱਕਿਆ ਹੈ ਗੁਰਦੁਆਰੇ ਸਾਹਿਬ ਅੱਜ ਵੀ ਉੱਥੇ ਹੀ ਮੌਜੂਦ ਹੈ ਪੀਰਾਂ ਦੇ ਇਤਿਹਾਸ ਦੇ ਵਿੱਚ ਇਹ ਘਟਨਾ ਦਰਜ ਹੈ ਉਨਾ ਖਾਲਸਾ ਪਰਿਵਾਰ ਦਾ ਵਪਾਰ ਵੀ ਅੱਜ ਉਥੇ ਹੀ ਸਾਥ ਸੰਗਤ ਜੀ ਵੀਡੀਓ ਨੂੰ ਲਾਈਕ ਅਤੇ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਗੱਜ ਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ